tadi tadi mama di push sih dia. चलो चल फट पट्टी ला ना हां जेडी अभी तड़ी से चली आंदी है मार देने हैं भाई अभी किधर भी नहीं मारे बिल्ली किधर है मुझे भी नहीं मारना है ए देखो जरा ए देखो ये वापस करने जा रहे हैं उसे कह रहे हैं भाई इसी मुंह के साथ जाना है उसे मुंह नहीं धोने दे रहा ओए मुंह धो ले मुंह ही मुंह धो लो नहीं मुंह दिखाई बिस्मिल्लाहिर्रहमानिर्रहीम अस्सलाम वालेकुम वेलकम माय यूट्यूब फैमिली कैसे आप सब उम्मीद करती हैं आप सब ठीक ठाक होंगे अल्लाह का शुक्र है मैं भी बिल्कुल ठीक हूं जैसे कि आप लोगों को पता है मैंने सफाइयाँ शुरू की हुई हैं और साथ ही मैंने कहा चले मशीन भी लगा लेती हूं जो कपड़े धोने वाले पड़े हुए हैं वो भी धो लेते हैं और आप लोगों के साथ शेयर कर रही हूँ जैसे जैसे घर की डीप क्लीनिंग हो रही है आप लोग साथ रहिएगा और फुल वीडियो को फुल वॉच कीजिएगा फिर समझ लगेगी फिर हम लोग हंसी मजाक मजाक में अपना पूरा घर साफ कर रहे हैं आंटी कहती प्रिंस का ब्याह होया तो मैं देख लियो दी प्रिंसेस किस किदा दी हुंदी है प्रिंसेस बिल्कुल ऐसी लाओ धागा लाओ ते लेके आओ मामा को तो हम भी धागा बांध के बना लेते हैं तेरी मामा दी पुछ सीधी गंद वही का वही है पागल हो गया बेचारा नहीं भी ना बेचारा मामू कहते ने भी तेरे ससुराल दा आ गया ही शहर ते कहंदी है मामा जेडी साडी दादी होवे दादा बू तेरा लगा ससुर जेडी दादा बू तेरा दादा बू आपका सोरा लगा जो हमारी दादो आपकी सोरन लगी साथ ही ना कहा सोरन सारे एनू खान की टेंशन है एनू खेलने की टेंशन है वेखो मैं अज मामू ना करना रबता वह निकल फटी जो वह वेखो हो वैसे मुझ सिर ना ਉਹਦੀ ਮਾਂ ਨੂੰ ਕਿਹੜੀ ਟੈਨਸ਼ਨ ਜੀ ਖਰਾਬ ਹੋਣ ਗਿਆ ਤੇ ਪਿੰਡ ਭਜਰਾ ਮੈਂ ਇਹਦੀ ਜਹਾਜ਼ ਨੇ ਗਵਾਚ ਗਈ ਤੇ ਅਸੀਂ ਮੇਰਾ ਜਹਾਜ਼ ਲੈ ਗਿਆ ਪ੍ਰਾਈਵੇਟ ਜੈਟ ਆਪਣਾ ਅਬ ਮੈਨੂੰ ਹਰ ਕੋਈ ਰਿਸ਼ਤਾ ਦੇ ਆ ਵੇਖੋ ਜੀ ਅਸਲ ਬਾਤ ਇਹ ਸੀ ਜਹਾਜ਼ ਨੂੰ ਜਹਾਜ਼ ਨੂੰ ਮੈਂ ਰਿਸ਼ਤਾ ਕਰਨਾ ਹੈ ਨਹੀਂ ਇਹ ਤਰ੍ਹਾਂ ਮੀਰ ਹੋ ਮੈਂ ਆਪਣੇ ਮੁੰਡੇ ਦਾ ਰਿਸ਼ਤਾ ਕਰਨਾ ਹੈ ਬਾਹਰਲੀ ਕਲਾਸ ਚ ਪੜ੍ਹ ਰਿਹਾ ਆਈਸੀਐਸ ਕਰਦਾ ਹੈ
ਮੇਰਾ 12ਵੀਂ ਕਲਾਸ ਚ ਮੁੰਡਾ ਹੋ ਗਿਆ ਤੇ ਜਹਾਜ਼ ਆਪਣਾ ਘਰ ਕਿਰਾਏ ਦਾ ਜਹਾਜ਼ ਆਪਣਾ ਕੋਈ ਅੱਛਾ ਰਿਸ਼ਤਾ ਆਇਆ ਤੇ ਜ਼ਰੂਰ ਦੱਸੋ ਦੋ ਬੰਦੇ ਲਗੇ ਹੋਏ ਇੱਕ ਆ ਕੇ ਥੋੜਾ ਥੋੜਾ ਪਾਣੀ ਡਾਲ ਕੇ ਝਾੜੂ ਮਾਰੀ ਜਾ ਰਿਹਾ ਇੱਕ ਪਿੱਛੇ ਬੁਰਸ਼ ਮਾਰੀ ਜਾ ਰਿਹਾ ਪੇਂਟ ਕਰਨਾ ਕੌਣ ਸਾ ਬਈ ਆਸਾਨ ਕੰਮ ਹੈ ਇਹ ਵੇਖ ਮੈਂ ਵੀਡੀਓ ਬਣਾ ਰਹੀ ਹਾਂ ਮੇਰੇ ਸਿਰ ਮੇਰੀ ਭੈਣ ਲੱਗ ਗਈ ਕਹਿੰਦੀ ਬਾਜੀ ਰਹਿਣ ਦੇ ਮੈਂ ਧੋਨੀ ਹਾਂ ਤੇਰੇ ਹੀ ਸਿਰੇ ਤੇ ਨਹੀਂ ਕੰਮ ਕਰਦੀ ਵੀ ਮੇਰੇ ਹੀ ਸਿਰੇ ਕਰਦੀ ਸੀ ਸਾਈਡ ਟੇਬਲੇ ਖਰਾਬ ਹੋ ਚੁੱਕੀ ਆ ਪਿੱਛੇ ਸਹੀ ਹੈ ਦੇਖੀ ਹੇ ਮੇਰਾ ਘਰ ਇਤਨਾ ਗੰਦਾ ਵਾ ਵਾ ਸੇਫ ਸੀਧੀ ਕਰਦੀ ਹੈ ਹਮਨੇ ਇਹ ਜੀ 2000 ਰੁਪਏ ਠੇਕਾ ਕੀਤਾ ਅਸੀਂ ਸਫਾਈ ਦਾ ਘਰ ਦਾ ਠੀਕ ਹੈ ਸਾਨੂੰ ਕੋਈ ਬੀਬੀ ਲਾਲਚ ਨਾ ਨਹੀਂ ਲੱਗੀ ਆ ਸਾਨੂੰ ਕੋਈ ਬੀਬੀ ਲੱਭੀ ਨਹੀਂ ਸੀ ਐ ਮਹੱਲੇ ਚੋਂ ਤੇ ਆ ਸਾਡੇ ਐ ਉਤਲੇ ਪੋਸ਼ਨ ਜੀ ਸਾਡੇ ਐ ਉਤਲੇ ਪੋਸ਼ਨ ਜੇ ਕਿਰਾਏਦਾਰ ਰਹਿੰਦੇ ਸਾਨੂੰ ਨਾ ਕਹੀ ਬਾਜੀ ਮੈਂ ਲੋਕਾਂ ਦੇ ਕੰਮ ਵੀ ਕਰਨੇ ਨੇ ਹੈਂ ਜੋ ਤੁਸੀਂ 2000 ਮੈਨੂੰ ਦੇ ਦਿਓ ਮੈਂ ਸਫਾਈ ਕਰ ਦੇਣੀ ਤੇ ਕੁਛ ਕਰ ਵੀ ਲਿਆ ਕਰ ਸੇਵ ਵਿਚਾਰੀ ਨੂੰ ਪੁੱਠੀ ਸਿੱਧੀ ਕੱਪੜੋ ਕੀ ਭਰੀ ਹੋਈ ਅਲਮਾਰੀ ਹੈ ਲੈ ਜਾਣੀ ਉਂਗਲਾ ਫਿਰ ਲਈ ਧੱਕਾ ਇਧਰ ਕਰੇ ਯੇ ਹਾਲਤ ਹੋਰ ਕੀ ਬੀਚ ਮੇ ਉਧਰ ਵੇਖੋ ਇਸ ਤਰ੍ਹਾਂ ਕਾ ਫਰਸ਼ ਹੈ ਇਸ ਲਈ ਨਾ ਕਲੀਨ ਵਿਛਾਈ ਹੋਏ ਥੇ ਨੀਚੇ ਫਰਸ਼ ਬਹੁਤ ਗੰਦਾ ਔਰ ਅਭੀ ਇਹ ਧੋਇਆ ਹੈ ਯੇ ਦੇਖੇ ਯੇ ਹਾਲਤ ਹੈ ਨਾ ਫਰਸ਼ ਕੀ ਇਸ ਲਈ ਨੀਚੇ ਕਲੀਨ ਵਿਛਾਏ ਹੋਏ ਥੇ ਯੇ ਦੇਖੇ ਸਾਰਾ ਹੀ ਫਰਸ਼ ਖਰਾਬ ਹੈ ਬਹੁਤ ਜ਼ਿਆਦਾ ਬਰਹਾਲੀ ਆਏ ਯਾਰ ਬਿਸਮਿਲ੍ਲਾ ਧਿਆਨ ਸੇ ਬੇਟੇ ਧਿਆਨ ਸੇ ਬਿਸਮਿਲ੍ਲਾ 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 ਧਿਆਨ ਸੇ ਚੋਟ ਨਾ ਲੱਗ ਜੇ ਕਰਦੇ ਬੰਦ ਹਾਂ ਅੱਗੇ ਆ ਗਏ ਇੰਟ ਰੱਖਦੇ ਇੰਟ ਤੂੰ ਕਿਆ ਹੈ ਰੋਸ਼ਨਦਾਨ ਸਾਫ ਕਰ ਰਹੇ ਹਾਂ ਜੀ ਆਸਤਾ ਆਸਤਾ ਸਮਾਨ ਅੰਦਰ ਆ ਰਿਹਾ ਭਾਈ ਤੋਬਾ ਤੋਬਾ ਇਹ ਦੇਖੇ ਕੋਈ ਹਾਲ ਹੈ ਮਾਰਾ ਬਾਈ ਜਰਾ ਸੰਘਣਾ ਮਾਰੋ ਬਾਈ ਹਾਂਜੀ ਉਹ ਉੱਪਰ ਵੀ ਮਾਰਨਾ ਦੇਖੇ ਕੰਮ ਅਭੀ ਜਾ ਰਹੀ ਹੈ ਲਿਆ ਮੈਂ ਕਰਾਂ ਥੱਕ ਗਿਆ ਹੋਏਗਾ ਲੈ ਮਾਰੇ ਘਰ ਕਾ ਹਮਾਰਾ ਘਰ ਪਤਾ ਕਿਆ ਨੀਚੇ ਜੋ ਬੇਸਮੈਂਟ ਹੈ ਨਾ ਦੇਖੇ ਸਾਰੀ ਗੀਲੀ ਹੈ ਉਸਕੇ ਅੰਦਰ ਪਾਣੀ ਆਤਾ ਹੈ ਉਸਕੀ ਵਜ੍ਹਾ ਸੇ ਨਾ ਯੇ ਪੂਰਾ ਘਰ ਹਮਾਰੇ ਮੇਂ ਸਲਾਬ ਹੈ ਯੇ ਦੇਖ ਔਰ ਯੇ ਹਾਲ ਬਣਾ ਹੈ ਰਾਤ ਹੋ ਗਈ ਹੈ ਜੀ ਖਾਮ ਸ਼ਾਮ ਅਭੀ ਖਤਮ ਨਹੀਂ ਹੁਆ ਤੋ ਖਾਣੇ ਕੀ ਤਿਆਰੀ ਕਰ ਲਈ ਖਾਣੇ ਮੇਂ ਬਣਾਇਆ ਜੀ ਪਾਲਕ ਗੋਸ਼ਤ ਹਮ ਲੋਗ ਖਾਣਾ ਖਾਣੇ ਲੱਗੇ ਹਾਂ ਆਪ ਲੋਗੋਂ ਕੋ ਅੱਜ ਕੀ ਵੀਡੀਓ ਅੱਛੀ ਲੱਗੇ ਤਾਂ ਚੈਨਲ ਕੋ ਸਬਸਕ੍ਰਾਈਬ ਕਰ ਦੇ ਵੀਡੀਓ ਕੋ ਲਾਈਕ ਕਰੇ ਔਰ ਆਗੇ ਸ਼ੇਅਰ ਵੀ ਕਰਾਂ ਨੈਕਸਟ ਵੀਡੀਓ ਮੈਂ ਦਿਖਾਏਂਗੇ ਵੀ ਹਮ ਲੋਗ ਕਹਾਂ ਤੱਕ ਪਹੁੰਚੇ ਹੈ ਔਰ ਕਿਆ ਕਿਆ ਕਰ ਰਹੇ ਹੈ ਓਕੇ ਜੀ ਅੱਲਾ ਹਾਫਿਜ਼ ਮਾਓ ਤੇਰੇ ਕਾਮ ਜੋ ਹੈ ਨਾ ਬੜੇ ਉਲਟੇ ਹੈ ਯੇ ਦੇਖੇ ਕਸਮ ਸੇ ਇਸਕੇ ਕਾਮ ਚੈੱਕ ਕਰ ਮਾਂ ਸਦਕੇ ਹੁਣ ਉੱਪਰ ਕਿੱਧਰ ਜਾਣਾ ਹੈ ਓਏ ਉੱਪਰ ਕਿੱਧਰ ਜਾਣਾ ਈ ਹ
काम चेक करें इसके कैसा गया वो गया।